ਦੁਸ਼ਹਿਰੇ 'ਚ ਰਾਵਣ ਦਾਹ ਕਰਨ ਤੋਂ ਠੀਕ ਪਹਿਲੇ ਠੇਕਾ ਆਧਾਰਿਤ ਅਧਿਆਪਕਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸਿੱਖਿਆ ਮੰਤਰੀ ਓਪੀ ਸੋਨੀ ਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਰਾਵਣ ਰੂਪੀ ਪੁਤਲੇ ਨੂੰ ਰੋਕ ਕੇ ਰੋਸ ਜ਼ਾਹਰ ਕੀਤਾ। ਠੇਕਾ ਆਧਾਰਿਤ ਅਧਿਆਪਕ ਪੱਕੇ ਕਰਨ ਲਈ ਉਹਨਾਂ ਦੀਆਂ ਤਨਖਾਹਾਂ ਤੇ ਲਗਾਏ ਕੱਟ ਦਾ ਵਿਰੋਧ ਕਰ ਰਹੇ ਸਨ। ਵਿਸ਼ਾਲ ਰੋਸ ਮਾਰਚ ਤੋਂ ਬਾਅਦ ਅਧਿਆਪਕਾਂ ਨੇ ਪੁਤਲੇ ਨੂੰ ਅੱਗ ਲਾ ਕੇ ਰੋਸ ਪ੍ਰਗਟ ਕੀਤਾ। ਇਸ ਮੌਕੇ ਅਧਿਆਪਕਾਂ ਨੇ ਕਿਹਾ ਕਿ ਪੰਜਾਬ ਸਰਕਾਰ ਅਧਿਆਪਕਾਂ ਨਾਲ ਧੱਕਾ ਕਰ ਰਹੀ ਹੈ ਤੇ ਉਹ ਸਰਕਾਰ ਦੇ ਖਿਲਾਫ ਲੜਾਈ ਲੜਦੇ ਆ ਰਹੇ ਨੇ। ਸਰਕਾਰ ਦੇ ਖਿਲਾਫ ਪਟਿਆਲਾ ਵਿੱਚ ਅਧਿਆਪਕਾਂ ਵੱਲੋਂ ਮੋਰਚਾ ਖੋਲਿਆ ਹੋਇਆ ਹੈ ਤੇ ਸਰਕਾਰ ਜਦ ਤੱਕ ਉਹਨਾਂ ਦੀਆਂ ਮੰਗਾਂ ਨਹੀਂ ਮੰਨਦੀ ਸੰਘਰਸ਼ ਜਾਰੀ ਰਹੇਗਾ। ਸਾਰੇ ਸਾਥੀ ਜੋ 11-17 ਹਮਾਰੇ ਸਾਥੀ ਜੋ ਪਟਿਆਲਾ ਮਰਨ ਵਰਤ ਪਰ ਬੈਠੇ ਹੈ, ਸਰਕਾਰ ਉਨਕੀ ਤਰਫ ਬਿਲਕੁਲ ਨਹੀਂ ਧਿਆਨ ਦੇ ਰਹੀ, ਇਸ ਲਈ ਹਮ ਰੋਜ਼ ਇਨਕਾ ਪਿੱਟ ਸਿਆਫਾ ਕਰਦੇ ਹੈ ਯਹਾਂ ਪੇ। ਔਰ ਜੋ ਸਰਕਾਰ 15,000 ਤਨਖਾਹ ਹਮੇ ਦੇਨੇ ਜਾ ਰਹੀ ਹੈ, ਉਸਮੇ ਸਰਕਾਰ ਆਪਣਾ ਘਰ ਚਲਾ ਕੇ ਦਿਖਾਏ। ਹਮ 15,000 ਮੇ ਆਪਣੇ ਬੱਚੇ ਪਾਲੇਂਗੇ ਕਿ ਬੱਚੋਂ ਕੀ ਫੀਸ ਦੇਂਗੇ ਜਾਂ ਬੜੇ ਬਜ਼ੁਰਗੋਂ ਕੀ ਦਵਾਈਆਂ ਲਾਏਂਗੇ, ਕਿਆ ਕਿਆ ਕਰੇਂਗੇ। ਇਸ ਲਈ ਹਮ ਪੰਜਾਬ ਸਰਕਾਰ ਕਾ ਰੋਜ਼ ਰੈਲੀ ਧਰਨਾ ਔਰ ਜੁਲੂਸ ਨਿਕਾਲਤੇ ਹੈ। ਹਮਨੇ ਰਾਵਣ ਰੂਪੀ ਸਰਕਾਰ ਕਾ ਪੁਤਲਾ ਫੂੰਕਾ ਹੈ ਯਹਾਂ ਪੇ, ਕਿਉਂਕਿ ਸਰਕਾਰ ਹਮਾਰੀ ਮੰਗੋ ਕੀ ਤਰਫ ਬਿਲਕੁਲ ਨਹੀਂ ਧਿਆਨ ਦੇਨੇ ਜਾ ਰਹੀ। ਆਖਿਰ ਤੱਕ ਆਪਣੀ ਮੰਗੇ ਮਨਵਾ ਕੇ ਰਹੇਂਗੇ। ਆਖਿਰ ਤੱਕ ਹਮ ਉਨਕੇ ਜੋ ਆਪਣੇ ਹਮਾਰੇ ਭਾਈ ਬਹਿਨ ਬੈਠੇ ਹੈ ਪਟਿਆਲਾ ਰੈਲੀ ਪਰ ਧਰਨੇ ਪਰ, ਉਨਕੇ ਸਾਥ ਹਮ ਲਾਸਟ ਤੱਕ ਹਰ ਸਟੇਪ ਪਰ ਉਨਕਾ ਸਾਥ ਦੇਂਗੇ ਔਰ ਹਰ ਲਾਸਟ ਦੀ ਜੋ ਤੱਕ ਸਾਡੀਆਂ ਮੰਗਾਂ ਨਹੀਂ ਮੰਗੀਆਂ ਜਾਂਦੀਆਂ ਜਦ ਤੱਕ ਮੰਨੀ ਨਹੀਂ ਜਾਏਂਗੇ ਹਮ ਤਦ ਤੱਕ ਚੁੱਪ ਕਰਕੇ ਨਹੀਂ ਬੈਠ ਸਕੇ। ਅੱਜ ਅਸੀਂ ਪੰਜਾਬ ਸਰਕਾਰ ਦਾ ਪੁਤਲਾ ਫੂਕਣ ਆਏ ਹਾਂ, ਇਹਨਾਂ ਦਾ ਪਿੱਟ ਸਿਆਪਾ ਕਰਨ ਆਏ ਹਾਂ। 10-10 ਸਾਲਾਂ ਤੋਂ ਅਸੀਂ ਠੇਕੇ ਦੇ ਕੰਮ ਕਰ ਰਹੇ ਹਾਂ, ਸਾਡੇ 11-17 ਮਨਵਰ ਤੇ ਸਾਥੀ ਬੈਠੇ ਆ, ਸਰਕਾਰ ਉਹਨਾਂ ਦੀ ਪੁੱਛਗਿੱਛ ਬਿਲਕੁਲ ਨਹੀਂ ਕਰ ਰਹੀ। ਜੇ ਸਰਕਾਰ ਸਾਡੀ ਗੱਲ ਨਹੀਂ ਸੁਣ ਰਹੀ ਤਾਂ ਅਸੀਂ ਐਂਡ ਤੱਕ ਲੜਦੇ ਰਵਾਂਗੇ ਤੇ ਇਹਨਾਂ ਦਾ ਸਿਆਪਾ ਰੋਜ਼ ਹੀ ਕਰਦੇ ਰਵਾਂਗੇ ਜਦੋਂ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ। ਪੰਜਾਬ ਸਰਕਾਰ ਮੁਰਦਾਬਾਦ। ਜਿਹੜਾ ਸਰਕਾਰ ਦਾ ਪੁਤਲਾ ਫੂਕਿਆ ਇੱਥੇ, ਇਹ ਤੇ ਅਸੀਂ ਕੈਪਟਨ ਅਮਰਿੰਦਰ ਸਿੰਘ, ਓਪੀ ਸੋਨੀ ਦਾ ਸਾਡਾ ਸਿੱਖਿਆ ਮੰਤਰੀ ਹੈ ਜਿਹਨੇ ਗੰਦ ਪਾਇਆ ਹੋਇਆ, ਅਤੇ ਉਹਦਾ ਸਿੱਖਿਆ ਸਕੱਤਰ ਸਾਡਾ ਜਿਹਨੇ ਅਧਿਆਪਕਾਂ ਦੇ ਵਿੱਚ ਦਹਿਸ਼ਤ ਪਾਈ ਵੀ ਆ, ਇਹਨਾਂ ਦਾ ਚਮਚਾ ਉਹ, ਅਤੇ ਅਧਿਆਪਕਾਂ ਸਾਡੇ ਅਧਿਆਪਕਾਂ ਦੀ ਤਨਖਾਹਾਂ ਜਿਹੜੀਆਂ 65-75% ਜਿਹੜਾ ਕੱਟ ਲਾਦਾ, ਕਦੇ ਇਹ ਭਾਰਤ ਦੇ ਇਤਿਹਾਸ 'ਚ ਨਹੀਂ ਵੇਖਿਆ, ਦੁਨੀਆਂ ਦੇ ਇਤਿਹਾਸ 'ਚ ਤੁਸੀਂ ਇਹ ਗੱਲ ਨਹੀਂ ਕਦੇ ਵੇਖੀ ਹੋਊਗੀ। ਤਨਖਾਹਾਂ ਵੱਧਦੀਆਂ ਸੁਣੀਆਂ ਪਰ ਤਨਖਾਹ 75 ਤੋਂ 65% ਜਿਹੜੀ ਤਨਖਾਹ ਸਾਡੀ ਘਟਾਤੀ ਹੈ, ਇਹ ਗੱਲ ਸਾਨੂੰ ਗਵਾਰਾ ਨਹੀਂ ਗੀ। ਇਹ ਪੰਜਾਬ ਦੇ ਅਸੀਂ ਜੰਮੇ ਹੋਏ ਲੋਕ ਹਾਂ, ਅਸੀਂ ਕਰਤਾਰ ਸਰਾਭਿਆਂ ਦੇ ਵਾਰਸ ਹਾਂ, ਇਹ ਗੱਲ ਅਸੀਂ ਹੋਣ ਨਹੀਂ ਦੇਣੀ। ਅੱਜ ਅਸੀਂ ਚੁਰਾਹੇ ਜਿਹੜਾ ਮਤਲਬ ਆ, ਅਸੀਂ ਇਹ ਗੱਲ ਐਲਾਨ ਕਰਦੇ ਹਾਂ, ਜਿਹੜੇ ਰਾਵਣ ਦਾ ਲੋਕ ਆ ਬਦੀ ਅਤੇ ਨੇਕੀ ਦੀ ਜਿਹਦੇ ਰੂਪ ਦੇ ਵਿੱਚ ਦੁਸਹਿਰੇ ਵਾਲੇ ਦਿਨ ਪੁਤਲਾ ਫੂਕਦੇ ਆ, ਅਸੀਂ ਕਹਿੰਦੇ ਇਹ ਗੱਲ ਉਹ ਰਾਵਣ ਦੇ ਵਿੱਚ 1000 ਗੁਣ ਹੋਣਗੇ, ਪਰ ਜਿਹੜੀਆਂ ਅੱਜ ਦੀਆਂ ਸਰਕਾਰਾਂ ਉਹ ਰਾਵਣ ਤੋਂ ਵੀ ਭੈੜੀਆਂ ਸਰਕਾਰਾਂ, ਲੋਕਾਂ ਦਾ ਦਮਨ ਕਰਦੀਆਂ, ਲੋਕਾਂ ਨੂੰ ਕੁੱਟਦੀਆਂ ਅਤੇ ਲੁੱਟਦੀਆਂ। ਸਾਡੀਆਂ ਧੀਆਂ ਭੈਣਾਂ ਸੜਕਾਂ 'ਤੇ ਆ, ਇਹਨਾਂ ਨੂੰ ਸ਼ਰਮ ਨਹੀਂ ਆਉਂਦੀ? ਜਿੰਨਾ ਚਿਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਸਾਡੇ ਬਹੁਤ ਸਾਰੇ ਜਿਹੜੇ ਸਾਥੀ ਪਟਿਆਲੇ ਮਰਨ ਵਰਤੇ ਬੈਠੇ ਆ, ਜੇ ਉਹਨਾਂ ਦੇ ਵਿੱਚ ਕਿਸੇ ਨੂੰ ਕੁਝ ਹੋ ਗਿਆ ਤਾਂ ਸਰਕਾਰਾਂ ਆਪ ਜ਼ਿੰਮੇਵਾਰ ਹੋਣਗੀਆਂ। ਅਧਿਆਪਕ ਏਕਤਾ ਜਿੰਦਾਬਾਦ। ਜਿੰਦਾਬਾਦ। ਫਰੀਦਕੋਟ ਤੋਂ ਸੁਖਜਿੰਦਰ ਸੁਖੋਤਾ, ਖਬਰ ਹਰਪਲ ਇੰਡੀਆ ਲਈ।